ਪੰਜਾਬ ਵਾਸੀ ਭਰਾਓ, ਜੀਭ ਥੱਲੇ ਰੱਖਣ ਵਾਲੀ ਗੋਲੀ ਬੰਦ ਕਰਾਓ, ਪੰਜਾਬ 'ਚ ਡੋਡਿਆਂ ਦੀ ਖੇਤੀ ਕਰਾਓ ਅਤੇ ਪੰਜਾਬ ਦੀ ਨਸਲ ਬਚਾਓ। ਭਰਾਵੋ, ਤੁਹਾਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਅਤੇ ਨਵੀਂ ਸਰਕਾਰ ਦੀਆਂ ਵੀ ਬਹੁਤ ਬਹੁਤ ਮੁਬਾਰਕਾਂ। ਗੱਲ ਹੈਗੀ ਇੱਦਾਂ ਜੀ, ਪੰਜਾਬ ਦੇ ਵਿੱਚ ਭਗਵੰਤ ਮਾਨ ਸਰਕਾਰ ਬਣੀ, ਜਦੋਂ ਭਗਵੰਤ ਮਾਨ ਸਰਕਾਰ ਬਣੀ 80% ਚਾਂਸ ਇਹ ਸੀਗਾ, ਕਿਉਂਕਿ ਉਹਨਾਂ ਨੇ ਕਿਹਾ ਸੀਗਾ ਇਹਦੇ ਵਿੱਚ, ਉਹਨਾਂ ਨੇ ਪਹਿਲਾਂ ਕਿਹਾ ਸੀਗਾ ਕਿ ਅਸੀਂ ਪੰਜਾਬ ਦੇ ਵਿੱਚ ਸਾਡੀ ਸਰਕਾਰ ਬਣੂਗੀ ਅਤੇ ਅਸੀਂ ਡੋਡਿਆਂ ਦੀ ਖੇਤੀ ਕਰਾਵਾਂਗੇ, ਸ਼ੁਰੂ ਕਰਾਵਾਂਗੇ। ਲੇਕਿਨ ਹੁਣ ਭਗਵੰਤ ਮਾਨ ਇਸ ਗੱਲ ਤੋਂ ਮੁੱਕਰ ਪੈ ਰਹੇ ਆ। ਲੇਕਿਨ ਇੱਥੇ ਇਹ ਦੱਸ ਦਈਏ ਕਿ ਜਿਹੜੀ ਜੀਭ ਥੱਲੇ ਰੱਖਣ ਵਾਲੀ ਗੋਲੀ ਆ ਉਹਦੇ ਬਹੁਤ ਜ਼ਿਆਦਾ ਨੁਕਸਾਨ ਵਾ। ਡੋਡੇ ਤਾਂ ਇੱਕ ਕੁਦਰਤੀ ਚੀਜ਼ ਆ, ਡੋਡੇ ਉਗਾਵਾਂਗੇ ਅਗਰ ਪੰਜਾਬ ਦੇ ਵਿੱਚ ਤਾਂ ਕਿਸਾਨਾਂ ਨੂੰ ਵੀ ਬਹੁਤ ਫਾਇਦਾ ਹੋਊਗਾ, ਅਤੇ ਸਭ ਤੋਂ ਜ਼ਿਆਦਾ ਫਾਇਦਾ ਕਿਹਨੂੰ ਹੋਊਗਾ ਉਹ ਤੁਸੀਂ ਹੁਣ ਮੇਰੇ ਮੂੰਹੋਂ ਸੁਣ ਲਓ। ਜਿਹੜੀ ਜੀਭ ਥੱਲੇ ਰੱਖਣ ਵਾਲੀ ਗੋਲੀ ਇਹ ਦੇ ਰਹੇ ਆ ਨਾ, ਉਹ ਬਿਲਕੁਲ ਹੀ ਚਿੱਟਾ ਵਾ। ਜਦੋਂ ਚਿੱਟਾ, ਜਿੱਦਾਂ ਮੁੰਡੇ ਜਿਹੜੇ ਚਿੱਟਾ ਪੀਂਦੇ ਆ ਉਹਨਾਂ ਨੂੰ ਅਸੀਂ ਪੁੱਛ ਕੇ ਵੇਖਿਆ, ਉਹ ਕਹਿੰਦੇ ਇਹ ਗੋਲੀ ਵੀ ਚਿੱਟੇ ਵਾਂਗੂ ਜਦੋਂ ਪੰਨੀ 'ਤੇ ਤੁਰਦੀ ਆ। ਜੇਕਰ ਪੰਨੀ 'ਤੇ ਗੋਲੀ ਤੁਰਦੀ ਆ ਤਾਂ ਇਹਦਾ ਮਤਲਬ ਤਾਂ ਫਿਰ ਚਿੱਟਾ ਹੀ ਹੋਇਆ ਇਹ, ਠੀਕ ਆ ਜੀ। ਦੂਜਾ ਨੁਕਸਾਨ ਜਿਹੜਾ ਇਹਦਾ ਇਹ ਹੈਗਾ ਵਾ ਕਿ ਜੀਭ ਥੱਲੀ ਗੋਲੀ ਰੱਖਣ ਵਾਲੀ ਗੋਲੀ ਖਾਣ ਵਾਲੇ ਨੌਜਵਾਨ, 80% ਨੌਜਵਾਨ ਜਿਹੜੇ ਆ ਉਹ ਹੋ ਰਹੇ ਆ ਨਿਪੁੰਸਕ ਹੋ ਰਹੇ ਆ, ਉਹ ਨਿਪੁੰਸਕ ਹੋ ਰਹੇ ਆ ਕਿਉਂਕਿ ਉਹਨਾਂ ਦਾ ਬੱਚਾ ਪੈਦਾ ਕਰਨ ਦੀ ਸ਼ਕਤੀ ਉਹ ਗੁਆ ਰਹੇ ਆ, ਠੀਕ ਆ ਜੀ। ਉਹ ਦਿਨ ਦੂਰ ਨਹੀਂ ਜਿੱਦਣ ਪੰਜਾਬ ਦੇ ਵਿੱਚ ਟੈਸਟ ਟਿਊਬ ਬੇਬੀ ਰਾਹੀਂ ਬੱਚੇ, 80% ਬੱਚੇ ਟੈਸਟ ਟਿਊਬ ਬੇਬੀ ਰਾਹੀਂ ਪੈਦਾ ਹੋਇਆ ਕਰਨਗੇ। ਅਤੇ ਜਿਹੜੇ ਡੋਡੇ ਆ ਉਹ ਤਾਂ ਇੱਕ ਕੁਦਰਤੀ ਚੀਜ਼ ਵਾ, ਕੁਦਰਤੀ ਚੀਜ਼ ਜਿਹੜੀ ਆ ਉਹਦਾ ਕੋਈ ਨੁਕਸਾਨ ਨਹੀਂ ਹੈਗਾ। ਲੇਕਿਨ ਜਿਹੜੀ ਇਹ ਜੀਭ ਥੱਲੇ ਰੱਖਣ ਵਾਲੀ ਗੋਲੀ ਆ ਇਹਦੇ ਇੰਨੇ ਨੁਕਸਾਨ ਵਾ ਨਾ, ਜੇ ਅਗਰ ਤੁਹਾਨੂੰ ਗਿਣਾਏ ਜਾਣ, ਕਾਲਾ ਪੀਲੀਆ ਇਹਦੇ ਨਾਲ ਹੁੰਦਾ, ਜਿਹਨੂੰ ਕਾਲਾ ਪੀਲੀਆ ਹੋ ਗਿਆ ਉਸ ਤੋਂ ਬਾਅਦ ਦੂਜਾ ਪੀਲੀਆ ਹੋ ਗਿਆ ਉਹਦੀ ਜਾਨ ਚਲੀ ਜਾਣੀ, ਠੀਕ ਆ ਜੀ। ਦੂਜਾ ਨੁਕਸਾਨ ਇਹ ਆ ਕਿ ਇਹ ਲੀਵਰ ਨੂੰ ਬਹੁਤ ਨੁਕਸਾਨ ਕਰਦੀ ਆ। ਕਈ ਮੁੰਡੇ ਇਹ ਦਵਾਈ ਖਾ ਕੇ ਨਾਲ ਥੋੜ੍ਹਾ ਪੈਗ ਲਾ ਲੈਂਦੇ ਆ, ਉਹ ਤਾਂ ਲੀਵਰ ਪਾਟਣ ਦਾ ਖਤਰਾ ਪੱਕਾ ਹੀ ਹੋ ਗਿਆ ਜੀ, ਠੀਕ ਆ ਜੀ। ਇਸ ਕਰਕੇ ਭਗਵੰਤ ਮਾਨ ਸਰਕਾਰ ਨੂੰ ਜਿੰਨਾ ਹੋ ਸਕਦਾ ਭਗਵੰਤ ਮਾਨ ਸਰਕਾਰ 'ਤੇ ਆਪਾਂ ਦਬਾਅ ਬਣਾਈਏ, ਸਾਰੇ ਇਕੱਠੇ ਹੋ ਕੇ ਆਪਾਂ ਉਹਨਾਂ ਨੂੰ ਕਹੀਏ ਕਿ ਤੁਸੀਂ ਜਿਹੜਾ ਵਾਅਦਾ ਕੀਤਾ ਸੀ ਵੋਟਾਂ ਦੇ ਪਹਿਲਾਂ ਜਦੋਂ ਸਾਡੀ ਸਰਕਾਰ ਬਣੀ ਆਮ ਆਦਮੀ ਪਾਰਟੀ ਦੀ, ਅਤੇ ਅਸੀਂ ਪੰਜਾਬ ਵਿੱਚ ਡੋਡਿਆਂ ਦੀ ਖੇਤੀ ਉਗਾਵਾਂਗੇ, ਤਾਂ ਹੁਣ ਤੁਸੀਂ ਮੁੱਕਰ ਕਿਉਂ ਪੈ ਰਹੇ ਆ? ਕਿਉਂਕਿ ਮੈਨੂੰ ਯਾਦ ਆ, ਮੈਂ ਅਖਬਾਰ ਦੇ ਵਿੱਚ ਇੱਕ ਵਾਰੀ ਪੜ੍ਹਿਆ ਸੀਗਾ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕਿਸੇ ਨੇ ਰਿੱਟ ਪਾਈ ਸੀਗੀ ਪੰਜਾਬ ਵਿੱਚ ਡੋਡਿਆਂ ਦੀ ਖੇਤੀ ਚਾਲੂ ਕਰਾਉਣ ਬਾਰੇ। ਉਹ ਸੈਂਟਰ ਗੌਰਮੈਂਟ ਕੋਲ ਗਈ ਸੀ, ਸੈਂਟਰ ਗੌਰਮੈਂਟ ਨੇ ਪੰਜਾਬ ਕੋਲ ਭੇਜੀ ਸੀ, ਉਦੋਂ ਮਨਮੋਹਨ ਸਿੰਘ ਦੀ ਸਰਕਾਰ ਸੀ, ਚਿੱਠੀ ਭੇਜੀ ਸੀ ਵੀ ਤੁਸੀਂ ਇਸ ਬਾਰੇ ਕੀ ਕਰ ਰਹੇ ਹਾਂ। ਲੇਕਿਨ ਉਸ ਟਾਈਮ ਜਿਹੜੀ ਸਰਕਾਰ ਸੀਗੀ ਮਨਮੋਹਨ ਸਿੰਘ ਦੇ ਵੇਲਿਆਂ 'ਚ, ਪੰਜਾਬ ਦੇ ਵਿੱਚ ਜਿਹੜੀ ਸਰਕਾਰ ਸੀਗੀ, ਉਹਨਾਂ ਨੇ ਉਹ ਚਿੱਠੀ ਦਾ ਜਵਾਬ ਵੀ ਨਹੀਂ ਭੇਜਿਆ ਸੀ ਸੈਂਟਰ ਗੌਰਮੈਂਟ ਨੂੰ, ਅਤੇ ਅੱਜ ਤੱਕ ਸੈਂਟਰ ਗੌਰਮੈਂਟ ਨੂੰ ਉਸ ਚਿੱਠੀ ਦਾ ਜਵਾਬ ਨਹੀਂ ਗਿਆ ਹੈਗਾ। ਇਸ ਕਰਕੇ ਭਗਵੰਤ ਮਾਨ ਹੁਣ ਮੈਂ ਸੁਣਿਆ ਕਹਿ ਰਹੇ ਆ ਭਗਵੰਤ ਮਾਨ ਕਿ ਸੈਂਟਰ ਨਹੀਂ ਮੰਨਦੀ ਹੈਗੀ। ਸੈਂਟਰ ਦਾ ਤਾਂ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈਗਾ, ਇਹ ਮੈਟਰ ਤਾਂ ਪੰਜਾਬ ਦੇ ਅੰਡਰ ਆਉਂਦਾ ਵਾ। ਪੰਜਾਬ ਸਰਕਾਰ ਨੂੰ ਚਾਹੀਦਾ ਵਾ ਕਿ ਪੰਜਾਬ ਦੇ ਵਿੱਚ ਡੋਡਿਆਂ ਦੀ ਖੇਤੀ ਜਲਦ ਤੋਂ ਜਲਦ ਸ਼ੁਰੂ ਕਰਵਾਈ ਜਾਵੇ, ਡੋਡਿਆਂ ਦੇ ਠੇਕੇ ਖੋਲ੍ਹੇ ਜਾਣ। ਇਹਦੇ ਨਾਲ ਇੱਕ ਤਾਂ ਜਿਹੜੀ ਪੰਜਾਬ ਦੀ ਨੌਜਵਾਨੀ ਆ ਉਹ ਬਚੂਗੀ, ਆਉਣ ਵਾਲੀ ਨਸਲ ਜਿਹੜੀ ਆ ਉਹ ਬਚੂਗੀ। ਕਿਉਂਕਿ ਜੇ ਗੋਲੀ ਖਾਂਦੇ ਰਹੇ ਤਾਂ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਚੁੱਕਿਆ ਵਾਂ ਕਿ 80% ਪਹਿਲਾਂ ਹੀ ਪਿਤਾ ਬਣਨ ਦੀ ਸ਼ਕਤੀ ਗੁਆ ਚੁੱਕੇ ਆ। ਅਤੇ ਜੇ ਹੁਣ ਤੁਸੀਂ ਨੌਜਵਾਨਾਂ ਨੂੰ ਬਚਾਉਣਾ ਵਾ, ਪੰਜਾਬ ਦੀ ਨਸਲ ਨੂੰ ਬਚਾਉਣਾ ਵਾ, ਤਾਂ ਕਿਰਪਾ ਕਰਕੇ ਪੰਜਾਬ ਦੇ ਵਿੱਚ ਜਿਹੜੇ ਹਸਪਤਾਲਾਂ ਦੇ ਵਿੱਚ ਗੋਲੀ ਦਿੱਤੀ ਜਾ ਰਹੀ ਜੀਭ ਥੱਲੇ ਰੱਖਣ ਵਾਲੀ, ਉਹਨੂੰ ਬੰਦ ਕਰਾਇਆ ਜਾਵੇ, ਅਤੇ ਜਲਦੀ ਤੋਂ ਜਲਦੀ ਪੰਜਾਬ ਦੇ ਵਿੱਚ ਡੋਡਿਆਂ ਦੀ ਖੇਤੀ ਨੂੰ ਸ਼ੁਰੂ ਕਰਵਾਇਆ ਜਾਵੇ। ਇਹ ਹੀ ਮੇਰੀ ਬੇਨਤੀ ਆ ਤੁਹਾਡੇ ਅੱਗੇ।
ਅਤੇ ਇਹ ਤੁਸੀਂ ਕੰਮ ਜ਼ਰੂਰ ਕਰਨਾ ਅਤੇ ਇਸ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ, ਅੱਗੇ ਵੀ ਸ਼ੇਅਰ ਕਰਨਾ ਤਾਂ ਕਿ ਹੋਰ ਵੀ ਬਹੁਤ ਸਾਰੇ ਲੋਕਾਂ ਤੱਕ ਪਹੁੰਚੇ ਅਤੇ ਉਹਨਾਂ ਨੂੰ ਪਤਾ ਲੱਗੇ ਕਿ ਜੀਭ ਥੱਲੇ ਰੱਖਣ ਵਾਲੀ ਗੋਲੀ ਦੇ ਕਿੰਨੇ ਨੁਕਸਾਨ ਆ, ਤਾਂ ਡੋਡਿਆਂ ਦੇ ਕੋਈ ਨੁਕਸਾਨ ਨਹੀਂ ਹੈਗਾ। ਇੱਕ ਗੱਲ ਮੈਂ ਹੋਰ ਬਣੀ ਕਹਿਣੀ ਚਾਹੂੰਗਾ, ਜੇ ਕਈ ਲੋਕ ਇਹਦੇ ਪੱਖ 'ਚ ਨਹੀਂ ਹੈਗੇ, ਜਿਹੜੇ ਅਫੀਮ ਦੀ ਖੇਤੀ ਦੇ ਪੱਖ 'ਚ ਨਹੀਂ ਹੈਗੇ, ਡੋਡਿਆਂ ਦੀ ਖੇਤੀ ਜਿਹੜੇ ਪੱਖ 'ਚ ਨਹੀਂ ਹੈਗੇ, ਉਹਨਾਂ ਦਾ ਕਹਿਣਾ ਇਹ ਆ ਕਿ ਪੰਜਾਬ ਦਾ ਬੱਚਾ ਬੱਚਾ ਨਸ਼ਾ ਕਰਨ ਲੱਗ ਪਊਗਾ ਅਗਰ ਡੋਡਿਆਂ ਦੀ ਖੇਤੀ ਸ਼ੁਰੂ ਕਰਾ ਦਿੱਤੀ। ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵਾਂ ਕਿ ਹੁਣ ਕਿਹੜਾ ਪੰਜਾਬ ਦਾ ਬੱਚਾ ਬੱਚਾ ਨਸ਼ਾ ਨਹੀਂ ਖਾ ਰਿਹਾ ਹੈਗਾ। ਆਹ ਹਸਪਤਾਲਾਂ ਦੇ ਵਿੱਚ ਖੁੱਲ੍ਹੀ ਦਵਾਈ ਮਿਲਦੀ, ਗੋਲੀ ਮਿਲਦੀ, ਜਿਹੜਾ ਮਰਜ਼ੀ ਜਾ ਕੇ ਫਾਈਲ ਬਣਾ ਲੈਂਦਾ। ਤੁਸੀਂ ਇੱਕ ਵਾਰੀ ਉੱਥੇ ਜਾ ਕੇ ਵੇਖਿਓ, ਉੱਥੇ 14-14 ਸਾਲਾਂ ਦੇ ਮੁੰਡਿਆਂ ਦੀਆਂ ਫਾਈਲਾਂ ਬਣੀਆਂ ਹੋਈਆਂ ਅਤੇ ਜੀਭ ਥੱਲੇ ਰੱਖਣ ਵਾਲੀਆਂ ਗੋਲੀਆਂ ਖਾ ਰਹੇ ਆ। ਹੁਣ ਜਿਸ ਜਿੱਥੋਂ ਦੇ ਲੋਕ 14 ਸਾਲਾਂ ਦੇ ਬੱਚੇ ਜਾ ਕੇ ਗੋਲੀਆਂ ਖਾ ਲਏ ਜੀਭ ਥੱਲੇ ਰੱਖਣ ਵਾਲੀਆਂ, ਦੱਸੋ ਉੱਥੋਂ ਦੀ ਨਸਲ ਦਾ ਕੀ ਬਣੂਗਾ, ਦੱਸੋ। ਠੀਕ ਆ ਨਾ ਜੀ, ਇਦੋਂ ਚੰਗਾ ਤਾਂ ਡੋਡੇ ਹੀ ਆ। ਡੋਡੇ ਜਿਹੜਾ ਬੰਦਾ ਖਾਂਦਾ, ਡੋਡੇ ਖਾ ਕੇ ਕਦੀ ਮਰਦਾ ਨਹੀਂ, ਲੇਕਿਨ ਇਹ ਗੋਲੀ ਖਾਣ ਨਾਲ ਕਈਆਂ ਦੀ ਮੌਤ ਹੁੰਦੀ ਆ, ਕਿਉਂਕਿ ਕਈ ਇਹ ਇਸ ਗੋਲੀ ਨੂੰ ਭੋਰ ਕੇ ਇਹਦਾ ਟੀਕਾ ਲਾ ਲੈਂਦੇ ਆ ਅਤੇ ਕਈ ਇਹਨੂੰ ਨੱਕ ਨਾਲ ਸੁੰਘਦੇ ਆ। ਇਹ ਜਮ੍ਹਾਂ ਹੀ ਚਿੱਟਾ ਵਾ, ਚਿੱਟੇ ਤੋਂ ਛੁੱਟ ਇਹ ਕੁਛ ਨਹੀਂ ਹੈਗਾ ਅਤੇ ਪੰਜਾਬ ਸਰਕਾਰ ਗੋਲੀਆਂ ਦੇ ਨਾਂ 'ਤੇ ਚਿੱਟਾ ਹੀ ਵੰਡ ਰਹੀ ਆ। ਇਸ ਕਰਕੇ ਮੇਰੀ ਅਪੀਲ ਆ ਕਿ ਇਹਨਾਂ ਗੋਲੀਆਂ ਨੂੰ ਬੰਦ ਕਰਾਇਆ ਜਾਵੇ ਅਤੇ ਪੰਜਾਬ ਦੇ ਵਿੱਚ ਜਲਦ ਤੋਂ ਜਲਦ ਡੋਡਿਆਂ ਦੀ ਖੇਤੀ ਸ਼ੁਰੂ ਕਰਵਾਈ ਜਾਵੇ। ਇਸ ਦੇ ਨਾਲ ਹੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਇਸ ਵੀਡੀਓ ਨੂੰ ਸ਼ੇਅਰ ਕਰੀਓ, ਕਿਉਂਕਿ ਬਹੁਤ ਮਿਹਨਤ ਲੱਗਦੀ ਵੀਡੀਓ ਬਣਾਉਣ 'ਤੇ ਅਤੇ ਇਹ ਮੈਟਰ ਵੀ ਜਿਹੜਾ ਵਾ ਇਹ ਪੰਜਾਬ ਦੇ ਹਿੱਤ ਵਿੱਚ ਹੀ ਆ। ਇਸ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਤੁਹਾਡਾ।